ਵਰਤਮਾਨ ਬਈ ਤੇਰੀ ਸੋਚ ਤੇ ਇਹਨਾਂ ਬੰਦਾ ਮਿਹਨਤ ਕਰਨ ਵਾਲਾ ਬੰਦਾ ਹਜੇ ਤੱਕ ਨਿਗਲੈਕਟ ਕਿਉਂ ਕੀਤਾ ਜਾ ਰਿਹਾ ਗਲਤ ਹੀ ਹੈ देखो जी असीं तां पार्टी दे झाड़ू बरदार हाँ झाड़ू देने वाले बंदे हाँ पार्टी के नाल हाँ साडे वास्ते तां भगवंत सिंह मान साडे सब तो वध सत्कारयोग ने और कारपोरेटा के खिलाफ मोदी की धौण ते गोडा का भगवंत सिंह मान रखते हैं सो इन्होंने डिसाइड करना है और अरविंद केजरीवाल जी ने डिसाइड करना PAC ने डिसाइड करना और डिसाइड हो जाएगा और डिसाइड होएगा कांग्रेस तो पहला बड़ी गिनती च समर्थक मांग कर रहे हैं कि भगवंत मान को मुख्यमंत्री चेहरा ऐलान देना चाहिए पार्टी क्योंकि असं भी समर्थकों के नाल ही है ना असं आप समर्थक हाँ असि आप समर्थक हाँ ना जी ना मैं इन्ने जोगा है भगवंत मान साडा हैगा सूरज असीं तां हैगे टट्याणे साहब मैं तुहानूं क्या कहिंदा सब तो बड़े लीडर है मान साहब साडे पंजाब दे साडे प्रधान है जिंदी गवाही थल्ला पूरा पंजाब दा हर वर्ग काम करदा हर वर्कर काम करदा है इस करके असीं भी वर्कर हैगे आ जरूर असीं उहनां नाल कोई ना कोई साडा काम हुंदा जरूर करना है मैं तुहानूं क्या कहिंदा मान साहब सब तो बड़े लीडर साडे पंजाब च पंजाब पार्टी के प्रधान भी हैगे साडे सीनियर लीडर है साडे समझे कि नहीं ਇਹਦੇ ਪਰ ਤਾਂ ਬੜੀ ਗੱਲ ਹੀ ਨਹੀਂ ਹੋਣੀ ਚਾਹੀਦੀ ਅਸੀਂ ਕੇਜਰੀਵਾਲ ਜੀ ਨੂੰ ਕਹੋਗੇ ਕਿ ਪਾਰਟੀ ਦੀ ਲੋਕਾਂ ਦੀ ਡਿਮਾਂਡ ਹੈ ਵਰਕਰਾਂ ਦੀ ਕਿਉਂਕਿ ਬਾਕੀ ਪਾਰਟੀਆਂ ਅੱਗੇ ਨਿਕਲਦੀਆਂ ਨੇ ਇਲੈਕਸ਼ਨ ਦਾ ਸਮਾਂ ਥੋੜਾ ਰਹਿ ਗਿਆ ਵਰਕਆਊਟ ਨਹੀਂ ਹੋ ਰਿਹਾ ਕੇਜਰੀਵਾਲ ਸਾਹਿਬ ਬੜੇ ਸਾਡੇ CM ਸਾਹਿਬ ਬੜੇ ਸਿਆਣੇ ਆ ਉਹ ਜਲਦ ਫੈਸਲਾ ਕਰਨਗੇ ਠੀਕ ਹੈ ਨਾ ਇਸ ਕਰਕੇ ਅਜੇ ਕਾਂਗਰਸ ਦਾ CM ਤਾਂ ਨਹੀਂ ਐਲਾਨਿਆ ਅਕਾਲੀ ਦਲ ਦਾ ਨਹੀਂ ਐਲਾਨਿਆ ਇਸ ਕਰਕੇ ਮਾਨ ਸਾਹਿਬ ਦਾ ਵੀ ਪਾਰਟੀ ਐਲਾਨੂਗੀ ਸਾਡਾ ਵੀ ਆਮ ਆਦਮੀ ਪਾਰਟੀ ਦਾ ਵੀ ਪੰਜਾਬ 'ਚ ਇਸ ਕਰਕੇ ਸਾਡੇ ਲੀਡਰ ਹੈ ਮਾਨ ਸਾਹਿਬ ਇੱਕੋ ਇੱਕ ਲੀਡਰ ਹੈ ਜਿਹੜੇ ਪੂਰੇ ਪੰਜਾਬ 'ਚ ਸਾਡੇ ਸਭ ਤੋਂ ਮੇਨ ਲੀਡਰ ਜਿਹਨਾਂ ਦੀ ਅਗਵਾਈ ਥਲਾਈ ਕੰਮ ਕਰ ਅਸੀਂ ਵੀ ਚਾਹੁੰਦੇ ਹਾਂ ਕਿ ਮਾਨ ਸਾਹਿਬ ਵਰਗਾ ਚਿਹਰਾ ਜਿਹੜਾ CM ਬਣੇ ਪੰਜਾਬ ਦਾ ਤਾਂ ਕਿ ਜਿਹੜਾ ਕੀ ਹੈ ਪੰਜਾਬ ਨੂੰ ਜਿਹੜਾ ਪਹਿਲਾਂ ਵਰਗਾ ਜਿਵੇਂ ਸੋਨੇ ਦੀ ਚਿੜੀ ਪੰਜਾਬ ਹੋਇਆ ਕਰਦੀ ਸੀ ਉਹ ਬਣੇ ਐਕਚੁਲੀ ਕੀ ਹੈ ਅਸੀਂ ਆਮ ਆਦਮੀ ਪਾਰਟੀ ਦੇ ਦੋ ਲੀਡਰਾਂ ਨੂੰ ਹੀ ਆਪਣਾ ਲੀਡਰ ਮੰਨਦੇ ਹਾਂ ਬੇਸਿਕਲੀ ਜੇ ਸੈਂਟਰ 'ਚ ਬੈਠੇ ਕੇਜਰੀਵਾਲ ਸਾਹਿਬ ਜੇ ਪੰਜਾਬ 'ਚ ਭਗਵੰਤ ਮਾਨ ਨੂੰ ਸਾਹਿਬ ਨੂੰ ਸੁਣ ਕੇ ਅਤੇ ਕੇਜਰੀਵਾਲ ਸੁਣ ਕੇ ਹੀ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਨਹੀਂ ਕੈਪੇਬਲ ਨਹੀਂ ਸਾਡੀ ਜਿਹੜੀ ਆਮ ਪੰਜਾਬ ਦੀ ਆਵਾਜ਼ ਹੈ ਇਸ ਟਾਈਮ ਕੈਪੇਬਲ ਤਾਂ ਹੋ ਸਕਦੇ ਹੋਰ ਵੀ ਹੋਣ ਉਸ ਚੀਜ਼ 'ਤੇ ਵਿਵਾਦ ਨਹੀਂ ਅਸੀਂ ਕਰਨਾ ਲੇਕਿਨ ਜਿੱਥੇ ਹੁਣ ਦੀ ਉਮੀਦ ਆ ਐਟ ਪ੍ਰੈਜੈਂਟ ਹੈ ਲੋਕ ਭਗਵੰਤ ਮਾਨ ਸਾਹਿਬ ਨੂੰ ਚਾਹੁੰਦੇ ਆ ਵੀ ਇਹਨਾਂ ਦੀ ਸਰਕਾਰ ਬਣੇ ਅਤੇ ਅਸੀਂ ਵੀ ਇਸੇ ਕਰਕੇ ਪਾਰਟੀ ਨਾਲ ਜੁੜੇ ਹਾਂ ਕਿ ਉਹਨਾਂ ਦੀ ਸੋਚ ਨਾਲ ਜੁੜੇ ਕੇਜਰੀਵਾਲ ਦੇ ਸੁਣ ਅਤੇ ਅਸੀਂ ਰਿਕੁਐਸਟ ਹੀ ਕਰ ਸਕਦੇ ਹਾਂ ਵੀ ਸੈਂਟਰ ਲੀਡਰਸ਼ਿਪ ਛੇਤੀ ਤੋਂ ਛੇਤੀ ਡਿਸੀਜਨ ਲੈ ਕੇ ਮਾਨ ਸਾਹਿਬ ਨੂੰ ਸਾਡਾ ਚਿਹਰਾ ਬਣਾਉਣ ਮਾਨ ਸਾਹਿਬ ਸਾਡੀ ਜਿੰਦ ਜਾਨ ਸਾਡਾ ਬਾਈ ਭਗਵੰਤ ਮਾਨ ਅਸੀਂ ਆਪਣੇ ਪ੍ਰਧਾਨ ਨੂੰ ਅੱਜ ਪੰਜਾਬ ਪ੍ਰਧਾਨ ਜੀ ਨੂੰ ਮਿਲਣ ਆਏ ਹਾਂ ਔਰ ਉਹਨਾਂ ਨਾਲ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਹੈਗਾ ਔਰ ਜਿਹੜੀ ਚੀਜ਼ ਇਹ ਚੱਲ ਰਹੀ ਹੈ ਕਿ ਬਾਈ ਭਗਵੰਤ ਮਾਨ ਨੂੰ ਲੇਟ ਕੀਤਾ ਜਾ ਰਿਹਾ ਸਾਡੇ ਪੰਜਾਬ ਦੇ ਸਮੂਹ ਵਲੰਟੀਅਰ ਸਮੂਹ ਲੀਡਰਸ਼ਿਪ ਅੱਜ ਤਕਰੀਬਨ 28 ਦੇ ਕਰੀਬ ਹਲਕਾ ਇੰਚਾਰਜ ਮਾਨ ਸਾਹਿਬ ਨੂੰ ਮਿਲ ਕੇ ਜਾ ਚੁੱਕੇ ਨੇ ਔਰ 3 ਦੇ ਕਰੀਬ MLA ਸਾਹਿਬ ਵੀ ਮਾਨ ਸਾਹਿਬ ਨੂੰ ਮਿਲ ਕੇ ਜਾ ਚੁੱਕੇ ਨੇ 8 ਦੇ ਕਰੀਬ ਜ਼ਿਲ੍ਹਾ ਪ੍ਰਧਾਨ ਵੀ ਮਾਨ ਸਾਹਿਬ ਨੂੰ ਮਿਲ ਕੇ ਜਾ ਚੁੱਕੇ ਨੇ ਔਰ ਸਾਰਾ ਇਸ ਟਾਈਮ ਪਾਰਟੀ ਦਾ ਜਿੰਨਾ ਵੀ ਪੰਜਾਬ 'ਚ ਸਮੂਹ ਲੀਡਰਸ਼ਿਪ ਹੈ ਸਾਡਾ ਇਕੱਲਾ ਵਲੰਟੀਅਰ ਭਾਈ ਭਗਵੰਤ ਮਾਨ ਸਾਹਿਬ ਦੀ ਪਿੱਠ ਦੇ ਪਿੱਛੇ ਖੜਾ ਔਰ ਅਸੀਂ ਮਾਣਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਸਾਡੇ ਨੈਸ਼ਨਲ ਕਨਵੀਨਰ ਨੇ ਉਹਨਾਂ ਨੂੰ ਇੱਕੋ ਮੰਗ ਰੱਖ ਰਹੇ ਹਾਂ ਕਿ ਬਾਈ ਭਗਵੰਤ ਮਾਨ ਨੂੰ ਜਲਦ ਤੋਂ ਜਲਦ ਮੁੱਖ ਮੰਤਰੀ ਚਿਹਰਾ ਐਲਾਨਿਆ ਜਾਏ ਪੰਜਾਬ ਦੇ ਵਿੱਚ ਤਾਂ ਕਿ ਅਸੀਂ ਆਮ ਆਦਮੀ ਪਾਰਟੀ ਦੀ ਹਨੇਰੀ ਲਿਆ ਸਕੀਏ ਔਰ 100 ਤੋਂ ਉੱਪਰ ਸੀਟਾਂ ਕੱਢ ਸਕੀਏ ਦੇਖੋ ਇਹ ਜਿਹੜੀ ਚੀਜ਼ ਆ ਕਿ ਤੁਸੀਂ ਜਿਹੜੀ ਚੀਜ਼ ਕਹੀ ਹੈ ਕਿ ਨੁਕਸਾਨ ਹੋ ਸਕਦਾ ਇਹ ਤਾਂ ਪਾਰਟੀ ਵੀ ਦੇਖ ਰਹੀ ਹੈ ਔਰ ਅਸੀਂ ਵੀ ਦੇਖ ਰਹੇ ਹਾਂ ਕਿ ਜੋ ਚੀਜ਼ ਹੋ ਰਹੀ ਹੈ ਉਹ ਤਾਂ ਹੋ ਰਹੀ ਹੈ ਜੀ ਜੇ ਇਹ ਚੀਜ਼ ਨਾ ਹੁੰਦੀ ਤਾਂ ਵਲੰਟੀਅਰ ਦਾ ਇੰਨਾ ਭਾਰੀ ਇਕੱਠ ਔਰ ਮਾਨ ਸਾਹਿਬ ਨੂੰ ਲਗਾਤਾਰ ਵਲੰਟੀਅਰ ਮਿਲਣ ਆ ਰਹੇ ਨੇ ਤਾਂ ਇਹ ਨਾ ਹੁੰਦਾ ਜ਼ਰੂਰ ਨੁਕਸਾਨ ਹੋ ਰਿਹਾ ਸਾਡੀ ਇਹੀ ਡਿਮਾਂਡ ਹੈ ਹਾਈਕਮਾਨ ਨੂੰ ਕਿ ਜਲਦ ਤੋਂ ਜਲਦ ਮਾਨ ਸਾਹਿਬ ਨੂੰ CM ਦਾ ਚਿਹਰਾ ਐਲਾਨਿਆ ਜਾਏ ਤਾਂ ਕਿ ਪਾਰਟੀ ਪੰਜਾਬ 'ਚ ਕਲੀਨ ਸਵੀਪ ਕਰ ਸਕੇ